21 ਤਰੀਕ ਨੂੰ 9 ਵਜੇ ਸਵੇਰੇ ਵੀ ਸੀਰੀਅਸ ਬੱਚਾ ਤੁਹਾਡਾ। ਬਟਾਲਾ ਦੇ ਇੱਕ ਹੋਰ ਸ਼ਹੀਦ ਨੇ ਪਿਤਾ ਸ਼ਹੀਦੀ ਦਾ ਜਾਮ। ਸ਼ਹੀਦ ਗਗਨਦੀਪ ਸਿੰਘ ਦੀ ਹੋਈ ਡਿਊਟੀ ਦੌਰਾਨ ਮੌਤ। ਸਾਰਾ ਪਰਿਵਾਰ ਕਰਦਾ ਆਇਆ ਦੇਸ਼ ਦੀ ਸੇਵਾ। ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਰੰਗੜ ਨੰਗਲ ਦਾ ਫੌਜੀ ਜਵਾਨ ਨਾਇਕ ਗਗਨਦੀਪ ਸਿੰਘ ਡਿਊਟੀ ਦੌਰਾਨ ਸ਼ਹੀਦੀ ਦਾ ਜਾਮ ਪੀ ਚੁੱਕਿਆ। 16 ਸਿੱਖ ਰੈਜੀਮੈਂਟ ਦੇ ਵਿੱਚ ਅਸਾਮ ਦੇ ਰੰਗੀਆ ਦੇ ਵਿੱਚ ਸੀ ਤਾਇਨਾਤ ਇਹ ਸ਼ਹੀਦ। ਡਿਊਟੀ ਦੌਰਾਨ ਤਬੀਅਤ ਖਰਾਬ ਹੋਣ ਦੇ ਕਾਰਨ ਸ਼ਹੀਦੀ ਪਾਈ ਹੈ। ਸ਼ਹੀਦ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ। ਸਰਕਾਰੀ ਸਨਮਾਨਾਂ ਦੇ ਨਾਲ ਜੱਦੀ ਪਿੰਡ ਵਿਖੇ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਪਿੰਡ ਦੀ ਹਰੇਕ ਅੱਖ ਨਮ ਹੋਈ ਅਤੇ ਉਹਨਾਂ ਨੇ ਉਹਨਾਂ ਦੇ ਚੰਗੇ ਚਰਿੱਤਰ ਨੂੰ ਹੀ ਨਹੀਂ ਸਰਾਇਆ ਬਲਕਿ ਸਾਰੇ ਪਰਿਵਾਰ ਨੂੰ ਸਰਾਇਆ ਜਿਨ੍ਹਾਂ ਨੇ ਦੇਸ਼ ਦੇ ਲਈ ਸ਼ਹੀਦੀ ਦੇ ਜਾਮ ਪੇਟੇ। ਸਾਨੂੰ ਜੀ ਪਰਸੋਂ ਪਤਾ ਲੱਗਾ 21 ਤਰੀਕ ਨੂੰ 9 ਵਜੇ ਸਵੇਰੇ ਵੀ ਸੀਰੀਅਸ ਬੱਚਾ ਤੁਹਾਡਾ। ਡਿਊਟੀ ਜੀ ਰੰਗੀ ਆਈ ਜੀ 16 ਸਿੱਖ ਡਿਊਟੀ ਕਰਦਿਆਂ ਨੂੰ ਜੀ 1 ਮਹੀਨਾ 20 ਦਿਨ ਘੱਟ ਵਾ 13 ਸਾਲ ਨੌਕਰੀ ਹੋਣ। ਪਰਿਵਾਰ 'ਚ 2 ਮੇਰੇ ਪੋਤਰੇ ਜੀ, 1 ਮੇਰੀ ਨੂੰਹ, 1 ਮੇਰੀ ਮਾਤਾ, ਅਸੀਂ ਦੋਵੇਂ ਜੀ। ਗਗਨਦੀਪ ਸਿੰਘ, ਹਾਂਜੀ ਮੈਂ ਨਿੱਕਾ ਪਾਲਿਆ, ਬੜਾ ਔਖਾ ਪਾਲਿਆ, ਬੁਰਕਿਆਂ ਦੇ ਪਾਲਿਆ ਮੈਂ ਇਹਨੂੰ। ਹਾਂਜੀ ਨਹੀਂ ਇਹ ਫਿਰ 2 ਡੈਡੀ ਫੌਜੀ, ਇਹਦਾ ਚਾਚਾ ਫੌਜੀ ਇੱਕ, ਮੈਂ ਕਹਿੰਦਾ ਵਾਹੀ ਕਰਦਾ ਹਾਂ। 2 ਭਰਾ ਮੇਰੇ ਫੌਜੀ ਸੀਗੇ। ਹਾਂਜੀ ਇਹਨਾਂ ਦੇ ਦਾਦੀ ਆ, ਇਹਦੀ ਮੰਮੀ ਆ, ਡੈਡੀ ਆ, ਛੋਟਾ ਭਰਾ ਵਾ ਅਤੇ 2 ਬੇਟੇ ਘਰ ਦੀ ਆ ਇਹਦੀ। ਬਟਾਲਾ ਤੋਂ ਸੁਖਦੇਵ ਸਿੰਘ ਰੰਧਾਵਾ ਅਤੇ ਬਲਬੀਰ ਸੋਹਲ ਦੀ ਰਿਪੋਰਟ।